ਆਪਾਂ ਜਿਹੜੀ ਬਰੀਡ ਹੈ ਉਹਨੂੰ ਦੁਨੀਆਂ ਦੇ ਪੂਰੇ ਨਕਸ਼ੇ ਤੇ ਲੈ ਕੇ ਪਹੁੰਚ ਚੁੱਕੇ ਹਾਂ। 7-7 ਲੀਟਰ 65-65 ਲੀਟਰ ਗਾਵਾਂ 24 ਘੰਟੇ ਦਾ ਦੁੱਧ ਦੇ ਰਹੀਆਂ, 35-40 ਇੱਥੋਂ ਤੱਕ ਪਹਿਲੇ ਸੂਏ ਵੈੜੀਆਂ ਦਾ ਦੁੱਧ ਆਪਾਂ ਆਪਣੇ ਫਾਰਮਾਂ ਦੇ ਵਿੱਚ ਨੋਟ ਕਰਨ ਲੱਗ ਗਏ। ਜਿਨ੍ਹਾਂ ਨੇ ਬਰੀਡ ਬਣਾ ਲਈ ਤੇ ਚੰਗੀ ਸਾਂਭ ਸੰਭਾਲ ਕਰ ਲਈ ਉਹ ਜੇ ਕਿਤੇ ਦੁੱਧ ਦੇ ਰੇਟ ਘੱਟ ਵੀ ਜਾਣ ਉਹ ਤਾਂ ਵੀ ਘੱਟ ਜਾਂਦੇ ਨੇ। ਜੇ ਹੁਣ ਦੁੱਧ ਹੈ ਹੀ ਉਹਨਾਂ ਕੋਲ ਤੇ ਉਹਦੇ ਨਾਲ ਫੀਡ ਨਹੀਂ ਪੂਰੀ ਹੁੰਦੀ ਹੈ,